ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਾਇਤਿਕ ਜਾਣਕਾਰੀ ਤੇ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਲਾਲਾ ਧਨੀ ਰਾਮ ਸਾਤਰੀਕ ਬਾਰੇ ਵਿਸਥਾਰ ਸਹਿਤ ਜਾਣਕਾਰੀ ਪ੍ਰਾਪਤ ਕਰਾਂਗੇ ਇਹ ਉਹ ਸਭ ਤੋਂ ਪਹਿਲੇ ਵਿਦਵਾਨ ਹਨ ਜਿਨ੍ਹਾਂ ਨੂੰ ਸਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਵਰ੍ਹੇ ਸਿਰ ਉੱਤੇ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਸਨਮਾਨਿਤ ਕੀਤਾ ਗਿਆ ਜ ਜਣੀ ਇਹ ਸਨਮਾਨ ਮਿਲਿਆ ਇਹਨਾਂ ਨੂੰ ਅਭਿਨੰਦਨ ਗ੍ਰੰਥ ਸਮਰਪਿਤ ਕਰਕੇ ਗੁਰਮੁਖੀ ਲਿਪੀ ਵਿੱਚ ਟਾਈਪ ਸੈਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ ਤੇ ਆਪ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਸਕਾਰ ਕੜੀ ਦਾ ਕੰਮ ਕਰਦੀਆਂ ਹਨ ਤੇ ਆਪ ਦਾ ਜਨਮ ਹੋਇਆ ਦੇਖੋ 4 ਅਕਤੂਬਰ 1876 ਈਸਵੀ ਨੂੰ ਪੱਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਜੋ ਕਿ ਅੱਜਕੱਲ ਪਾਕਿਸਤਾਨ ਦੇ ਵਿੱਚ ਹੈ ਕਾਰਜ ਖੇਤਰ ਹੈਗਾ ਆਪ ਦਾ ਕਵੀ ਤੇ ਕਵੀ ਵਜੋਂ ਆਪ ਜਾਣੇ ਜਾਂਦੇ ਆ ਤੇ 20ਵੀਂ ਸਦੀ ਦਾ ਪਹਿਲਾ ਅੱਧ ਜਿਹੜਾ ਉਹ ਇਹਨਾਂ ਦਾ ਕਾਲ ਸੀਗਾ ਵਿਧਾ ਹੈਗੀ ਇਹਨਾਂ ਦੀ ਕਵਿਤਾ ਤੇ ਵਿਸ਼ਾ ਇਹਨਾਂ ਨੇ ਅਪਣਾਇਆ ਪੰਜਾਬੀ ਸੱਭਿਆਚਾਰ ਠੀਕ ਹੈ ਪੰਜਾਬੀ ਸੱਭਿਆਚਾਰ ਬਾਰੇ ਇਹਨਾਂ ਨੇ ਜ਼ਿਆਦਾਤਰ ਕਵਿਤਾਵਾਂ ਲਿਖੀਆਂ ਆਪਦੀਆਂ ਤੇ ਪਿਤਾ ਜੀ ਦਾ ਨਾਂ ਇਹਨਾਂ ਦਾ ਲਾਲਾ ਪੋਲੂ ਮੱਲ ਅਰੋੜਾ ਤੇ ਸਵਰਗਵਾਸ ਹੋਇਆ ਇਹ 18 ਦਸੰਬਰ 1954 ਰਚਨਾਵਾਂ ਦੇਖੋ ਇਹਨਾਂ ਦੀਆਂ ਭਰਤਰੀ ਹਰੀ 1905 ਦੇ ਵਿੱਚ ਨਾਲ ਦਮਯੰਤੀ 1906 ਈਸਵੀ ਵਿੱਚ ਪ੍ਰਕਾਸ਼ਿਤ ਹੋਈ ਫੁੱਲਾਂ ਦੀ ਟੋਕਰੀ 1904 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਤੇ ਧਰਮਵੀਰ 1908 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਚੰਦਨਵਾੜੀ 1931 ਈਸਵੀ ਦੇ ਵਿੱਚ ਨਵਾਂ ਜਹਾਨ 1945 ਚ ਕੇਸਰ ਕਿਆਰੀ 1940 ਚ ਸੂਫੀ ਖਾਨਾ 1950 ਚ ਤੇ ਨੂਰ ਜਹਾਂ ਬਾਦਸ਼ਾ ਬੇਗਮ 1953 ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਧਰਮਵੀਰ ਦੇਖੋ ਧਰਮਵੀਰ ਇਹਨਾਂ ਦੀ ਰਚਨਾ ਇੱਕ ਤਨੀਰਾਮ ਛਾਤ੍ਰਿਕ ਨੇ ਆਪਣੀ ਪੁਸਤਕ ਧਰਮਵੀਰ ਤੋਂ ਪ੍ਰਸੰਗ ਲਿਖਣ ਦੀ ਲੀ ਪਾਈ ਹੈ ਤੇ ਇਹਨਾਂ ਪ੍ਰਸੰਗਾਂ ਉੱਪਰ ਕਿੱਸਾ ਕਾਰੀ ਦਾ ਪ੍ਰਭਾਵ ਪ੍ਰਤੱਖ ਵਿਖਾਈ ਦਿੰਦਾ ਹੈ ਲਗਭਗ ਸਾਰੇ ਪ੍ਰਸੰਗ ਆ ਜਿਹੜੇ ਉਹ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਜਿਵੇਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਭਾਈ ਮਤੀ ਦਾਸ ਜੀ ਦੀ ਸ਼ਹੀਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਂ ਭਾਈ ਮਨੀ ਸਿੰਘ ਦੀ ਸ਼ਹੀਦੀ ਬਾਰੇ ਠੀਕ ਹੈ ਇਸ ਕਰਕੇ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਹੈ ਇਹਨਾਂ ਦਾ ਇਹ ਅੱਗੇ ਹੈਗਾ ਚੰਦਨਵਾੜੀ ਆ ਜਿਹੜਾ ਕਾਵਿ ਸੰਗ੍ਰਹਿ ਇਹਦੇ ਬਾਰੇ ਜਾਣਕਾਰੀ ਦੇਖੋ ਥੋੜੀ ਜੀ ਆਪਣੀ ਕਵਿਤਾ ਦੇ ਮਗਰਲੇ ਕਾਲ ਵਿੱਚ ਧਨੀ ਰਾਮ ਚਾਤਰੀਕ ਨੇ ਪਰੰਪਰਾਵਾਦੀ ਕਵਿਤਾ ਨੂੰ ਛੱਡ ਕੇ ਆਧੁਨਿਕ ਨਿੱਕੀ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ ਤੇ ਇਸ ਕਾਲ ਦੇ ਪਹਿਲੇ ਦੋ ਕਾਵ ਸੰਗ੍ਰਹਿ ਆ ਚੰਦਨਵਾੜੀ ਤੇ ਕੇਸਰ ਕਵਿਤੀ ਪਹਿਲਾਂ ਆਪਾਂ ਚੰਦਨਵਾੜੀ ਬਾਰੇ ਦੇਖਦੇ ਆਂ ਇਹ ਕਾਵ ਸੰਗ੍ਰਹਿ ਜਿਹੜਾ ਉਹ ਨਿੱਕੀਆਂ ਕਵਿਤਾਵਾਂ ਇਹਦੇ ਵਿੱਚ ਠੀਕ ਹੈ ਤੇ ਇਹਦਾ ਪ੍ਰਕਾਸ਼ਨ ਆ ਜਿਹੜਾ 1931 ਦੇ ਵਿੱਚ ਕਰਵਾਇਆ ਗਿਆ ਮੈਂ ਉੱਪਰ ਤੁਹਾਨੂੰ ਦੱਸ ਚੁੱਕੀ ਹਾਂ 1931 ਚ ਪ੍ਰਕਾਸ਼ਿਤ ਹੋਇਆ ਤੇ ਇਸ ਦੇ ਪ੍ਰਕਾਸ਼ਿਤ ਹੋਣ ਨਾਲ ਸਰੋਧੀ ਤੇ ਨਿੱਕੀਆਂ ਕਵਿਤਾਵਾਂ ਲਿਖਣ ਵਾਲਿਆਂ ਵਿੱਚ ਆਧੁਨਿਕ ਕਾਲ ਦਾ ਇਹ ਤੀਸਰਾ ਨਾਂ ਸੀ ਠੀਕ ਹੈ ਤੀਜਾ ਨਾਮ ਸੀ ਪਹਿਲਾ ਨਾਮ ਦੇਖੋ ਕਿੰਨਾ ਦਾ ਸੀ ਭਾਈ ਵੀਰ ਸਿੰਘ ਜੀ ਦਾ ਤੇ ਦੂਜਾ ਨਾਮ ਪ੍ਰੋਫੈਸਰ ਪੂਰਨ ਸਿੰਘ ਜੀ ਦਾ ਤੇ ਇਸ ਕਰਕੇ ਤੀਜਾ ਨਾਮ ਆਉਂਦਾ ਜਿਹੜਾ ਉਹ ਲਾਲਾ ਧਨੀ ਰਾਮਾਚਾਰੀ ਜੀ ਦਾ ਆਉਂਦਾ ਤੇ ਚੰਦਨવાડી ਜਿਹੜਾ ਇਹਨਾਂ ਦਾ ਕਾਵ ਸੰਗ੍ਰਹਿ ਇਸ ਦੀ ਬਹੁਤ ਹੀ ਜ਼ਿਆਦਾ ਪ੍ਰਸ਼ੰਸਾ ਕੀਤੀ ਗਈ ਹੈ ਅੱਗੇ ਆ ਗਏ ਇਹਨਾਂ ਦਾ ਦੂਜਾ ਕਾਵ ਸੰਗ੍ਰਹਿ ਕੇਸਰ ਕਿਆਰੀ ਇਹ ਇਹਨਾਂ ਦਾ 1940 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਪੰਜਾਬੀ ਕਾਵ ਜਗਤ ਨੂੰ ਇੱਕ ਹੋਰ ਦੇਣ ਦਿੱਤੀ ਇਹਨਾਂ ਨੇ ਇਸ ਕਾਵ ਸੰਗ੍ਰਹਿ ਵਿੱਚ ਕਵੀ ਨੇ ਸਮਾਜ ਸੁਧਾਰ ਅਤੇ ਰਾਜਸੀ ਰੰਗ ਦੀ ਪ੍ਰਵਿਰਤੀ ਨੂੰ ਕਾਇਮ ਰੱਖਿਆ ਡਾਕਟਰ ਦਿਵਾਨ ਸਿੰਘ ਤੇ ਡਾਕਟਰ ਅਹੂਜਾ ਨੇ ਇਸ ਕਾਵ ਸੰਗ੍ਰਹਿ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਵੀ ਇਸ ਕਾਵ ਸੰਗ੍ਰਹਿ ਵਿੱਚ ਕਵੀ ਪ੍ਰੇਮ ਦੇ ਰਾਹ ਤੇ ਅੱਗੇ ਵਧ ਗਿਆ ਤੇ ਰਹਾਸਵਾਦ ਵੱਲ ਚੁੱਕ ਰਿਹਾ ਜਿਹਦੇ ਨਾਲ ਕੇ ਸੰਬੰਧਿਤ ਇਹਨਾਂ ਦੀਆਂ ਕਵਿਤਾਵਾਂ ਦੇਖੋ ਮੈਂ ਤੇਰੀਆਂ ਅੱਖੀਆਂ ਦਾ ਨੂਰ ਕਿਸੇ ਵਾਸਤੇ ਕਦੋਂ ਦਾ ਆਦ ਕਵਿਤਾਵਾਂ ਜਿਹੜੀਆਂ ਇਹ ਚੰਗੀਆਂ ਗਜ਼ਲਾਂ ਦੇ ਨਮੂਨੇ ਵੀ ਪੇਸ਼ ਕੀਤੇ ਆ ਇਹਦੇ ਵਿੱਚ ਇਹਨਾਂ ਨੇ ਇਸ ਤੋਂ ਬਿਨਾ ਜਿਵੇਂ ਕਿਸਾਨ ਨੂੰ ਕਵਿਤਾ ਇਹਨਾਂ ਦੀ ਵਿਸਾਖੀ ਦਾ ਮੇਲਾ ਜਿਹਦੇ ਵਿੱਚ ਕਿ ਪਿੰਡੂ ਰੰਗ ਦੀਆਂ ਸੁੰਦਰ ਉਦਾਹਰਨਾਂ ਵੀ ਪੇਸ਼ ਕੀਤੀਆਂ ਗਈਆਂ ਤੇ ਇਸ ਵਿੱਚ ਜਿਵੇਂ ਇਸ ਕਾਵ ਸੰਗ੍ਰਹਿ ਦੇ ਲਿਖਣ ਤੋਂ ਬਾਅਦ ਇਹਨਾਂ ਨੇ ਕਵਿਤਾਵਾਂ ਦੇ ਵਿੱਚੋਂ ਇਹ ਪਤਾ ਲੱਗਦਾ ਵੀ ਕਵੀ ਨੇ ਸੁਧਾਰਵਾਦੀ ਪ੍ਰਵਿਰਤੀ ਹੈ ਜਿਹੜੀ ਉਹ ਅਪਣਾ ਲਈ ਸੀ ਸੁਧਾਰਵਾਦੀ ਪ੍ਰਵਿਰਤੀ ਇਹਨਾਂ ਦੀ ਦਿਖਾਈ ਦਿੰਦੀ ਹੈ ਇਹਦੇ ਵਿੱਚ ਨਵਾਂ ਜਹਾਨ ਦੇਖੋ ਇਹ ਵੀ ਇਹਨਾਂ ਦਾ ਕਾਵ ਸੰਗ੍ਰਹਿ ਜਿਹੜਾ ਉਹ 1942 ਦੇ ਵਿੱਚ ਪ੍ਰਕਾਸ਼ਿਤ ਹੋਇਆ ਨਵਾਂ ਜਹਾਨ ਦੇਖੋ ਨਾਮ ਤੋਂ ਹੀ ਪਤਾ ਲੱਗਦਾ ਵੀ ਉਹਨਾਂ ਦੀ ਕੀ ਸੋਚ ਹੋਊਗੀ ਜਦੋਂ ਇਹ ਉਹਨਾਂ ਨੇ ਲਿਖਿਆ ਇਦੇ ਬਾਰੇ ਉਹਨਾਂ ਨੇ ਜ਼ਾਤ ਪ੍ਰਗਟ ਕਰਦਿਆਂ ਕਿਹਾ ਵੀ ਹੈ ਵੀ ਮੇਰੀ ਇਹ ਰਚਨਾ ਸਿਰਫ ਨਰੋਏ ਤੇ ਅਗਾਹ ਵੱਧੂ ਖਿਆਲਾਂ ਵਾਲੇ ਪੜ੍ਹੇ ਲਿਖੇ ਨੌਜਵਾਨਾਂ ਦੇ ਵਾਸਤੇ ਹੈ ਜਿਨ੍ਹਾਂ ਦੀ ਦਲੇਰੀ ਤੇ ਨੀਡਰਤਾ ਦੇ ਭਰੋਸੇ ਉੱਤੇ ਮੈਂ ਹਿੰਦੁਸਤਾਨ ਦੇ ਸ਼ਾਨਦਾਰ ਭਵਿੱਖ ਦਾ ਸੁਪਨਾ ਲੈ ਰਿਹਾ ਹਾਂ ਠੀਕ ਹੈ ਇਹ ਲਾਈਨਾਂ ਉਹਨਾਂ ਨੇ ਲਿਖੀਆਂ ਇਸ ਕਾਵ ਸੰਗ੍ਰਹਿ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਇਸ ਕਾਵ ਸੰਗ੍ਰਹਿ ਤੱਕ ਪੁੱਜ ਕੇ ਉਸ ਦਾ ਸੁਧਾਰਵਾਦ ਪ੍ਰਗਤੀਵਾਦ ਵਿੱਚ ਬਦਲ ਗਿਆ ਹੈ ਪਹਿਲਾਂ ਉਸਧਾਰਵਾਦੀ ਸੀ ਦੇਖੋ ਜਦੋਂ ਉਹਨਾਂ ਨੇ ਕੇਸਰ ਕੈਰੀ ਕਾਵ ਸੰਗ੍ਰਹਿ ਲਿਖਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਸੁਧਾਰਵਾਦ ਜਿਹੜਾ ਉਹ ਪਰਗਤੀਵਾਦ ਦੇ ਵਿੱਚ ਬਦਲ ਗਿਆ ਹੈ ਉਹ ਸਮਾਜਵਾਦੀ ਤੇ ਅਗਾਂਹਵਧੂ ਧਾਰਨਾਵਾਂ ਦੇ ਸਮਰਥਕ ਹੋ ਜਾਂਦੇ ਹਨ ਤੇ ਉਹ ਸਮਾਜ ਦੇ ਆਰਥਿਕ ਤੇ ਰਾਜਸੀ ਪਰਿਵਰਤਨ ਦੇ ਹੱਕ ਵਿੱਚ ਜ਼ੋਰਦਾਰ ਆਵਾਜ਼ ਉਠਾਉਂਦੇ ਹਨ ਅੱਗੇ ਆ ਜਾਂਦਾ ਉਹਨਾਂ ਦਾ ਸੂਫੀ ਖਾਨਾ ਕਾਵ ਸੰਗ੍ਰਹਿ ਤੇ ਇਹ ਉਹਨਾਂ ਦਾ ਦੇਖੋ 1950 ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਕੁਝ ਵਿਦਵਾਨਾਂ ਨੇ ਤਾਂ ਸੂਫੀ ਖਾਨਾ ਨੂੰ ਚਾਤ੍ਰਿਕ ਦੀ ਅਦੁੱਤੀ ਦੇਣ ਮੰਨਿਆ ਹੈ ਭਵੇਂ ਇਸ ਕਾਵ ਸੰਗ੍ਰਹਿ ਦਾ ਪ੍ਰధాన ਰੰਗ ਜਿਹੜਾ ਹੋਰ ਹਾਸਵਾਦ ਹੈ ਪਰ ਇਸ ਵਿੱਚ ਹੋਰ ਵਿਸ਼ੇ ਵੀ ਪ੍ਰਗਟਾਏ ਗਏ ਹਨ ਜਿਵੇਂ ਪਿਆਰ ਕੁਦਰਤ ਵਰਣਨ ਰਾਜਸੀ ਤੇ ਸਮਾਜਿਕ ਵਿਅੰਗ ਆਦਿ ਇਸ ਕਾਵ ਸੰਗ੍ਰਹਿ ਵਿੱਚ ਚਾਤ੍ਰਿਕ ਨੇ ਜਿਹੜੇ ਵਿਸ਼ੇ ਨਿਭਾਏ ਹਨ ਉਹਨਾਂ ਵਿੱਚੋਂ ਪ੍ਰਮੁੱਖ ਹਨ ਦੇਖੋ ਯਥਾਰਤਵਾਦ ਸਮਾਜਵਾਦ ਸਦਾਚਾਰ ਸਮਾਜ ਸੁਧਾਰ ਪੰਜਾਬੀ ਬੋਲੀ ਤੇ ਪੰਜਾਬ ਪ੍ਰਤੀ ਪਿਆਰ ਪ੍ਰਕਿਰਤੀ ਚਿੱਤਰਣ ਪ੍ਰੇਮ ਅਨੁਭਵ ਦੇਸ਼ ਪਿਆਰ ਆਦਿ ਇਹਨਾਂ ਨੇ ਮਤਲਬ ਜਿਹੜੇ ਵਿਸ਼ੇ ਆ ਉਹ ਇਸ ਦੇ ਵਿੱਚ ਅਪਣਾਏ ਆ। ਧਨੀ ਰਾਮ ਚਾਰਤਿਕ ਦੇ ਰਹਾਸਵਾਦੀ ਵਿਚਾਰ ਦੇਖੋ। ਇਹਨਾਂ ਨੇ ਆਪਣੀਆਂ ਕੁਝ ਕਵਿਤਾਵਾਂ ਵਿੱਚ ਅਜਿਹੇ ਚਿੰਨਾ, ਬਿੰਬਾਂ ਤੇ ਪ੍ਰਤੀਕਾਂ ਦੀ ਵਰਤੋਂ ਕੀਤੀ ਹੈ ਜਿਸ ਕਾਰਨ ਉਹਨਾਂ ਦਾ ਰਹਾਸਵਾਦੀ ਪ੍ਰਗਟਾਵਾ ਸਾਹਮਣੇ ਆਉਂਦਾ ਹੈ। ਰਹਾਸਵਾਦੀ ਕਵਿਤਾ ਵਿੱਚ ਚਿੰਨਾਤਮਕ ਪ੍ਰਗਟਾਵਾ ਵਿਧੀ ਦੀ ਵਧੇਰੇ ਵਰਤੋਂ ਕੀਤੀ ਗਈ ਹੈ। ਅਰਥਾਤ ਇਸ ਵਨਗੀ ਦੀ ਕਵਿਤਾ ਵਿੱਚ ਕਵੀ ਸਿੱਧੀ ਤੇ ਸਪਸ਼ਟ ਗੱਲ ਨਾ ਆ ਕੇ ਆਪਣੇ ਭਾਵਾਂ ਦਾ ਪ੍ਰਗਟਾਵਾ ਜਿਹੜਾ ਉਹ ਬਿੰਬਾਂ ਤੇ ਪ੍ਰਤੀਕਾਂ ਰਾਹੀਂ ਕਰਦਾ ਜਿਵੇਂ ਇਹਦੇ ਵਿੱਚ ਉਹਨਾਂ ਨੇ ਆਪਦੀ ਇੱਕ ਕਵਿਤਾ ਦੇ ਵਿੱਚ ਮੈਂ ਟੁੰਡੇਂ ਦੀ ਰਾਂਜਨ ਯਾਰ ਵਿੱਚ ਰੱਬ ਲਈ ਰਾਂਜਨ ਦੇ ਪਾਤਰ ਨੂੰ ਪ੍ਰਤੀਕ ਵਜੋਂ ਵਰਤਿਆ ਜਿਵੇਂ ਉਹਨਾਂ ਨੇ ਕਿਹਾ ਰਾਂਜਨ ਨਾਲ ਮੁਹੱਬਤ ਲਾਈ ਪਰ ਉਸ ਐਸੀ ਨਿਗਾ ਖੁੰਝਾਈ ਮੈਂ ਲੱਭਦੀ ਰਹੀ ਚੰਗ ਸਿਆਲਨੀ ਉਹ ਜਾਪੇ ਲੋਲੰਕੋ ਪਾਰ ਮੈਂ ਟੁੰਡੇਂ ਦੀ ਰਾਂਜਨ ਯਾਰ ਤਾਂ ਇਸ ਤਰ੍ਹਾਂ ਉਹਨਾਂ ਨੇ ਦੇਖੋ ਰਹਾਸਵਾਦੀ ਦੀ ਗੱਲ ਕੀਤੀ ਹੈ ਰੱਬ ਦੀ ਵੀ ਰੱਬ ਦੇ ਰਹਾਸ ਬਾਰੇ ਸਾਰਾ ਕੁਝ ਦੱਸਿਆ ਅੱਗੇ ਹੈਗਾ ਇਹਨਾਂ ਦੀ ਕਵਿਤਾ ਵਿੱਚ ਪੰਜਾਬ ਤੇ ਪੰਜਾਬੀ ਬੋਲੀ ਨਾਲ ਪਿਆਰ ਦੇਖੋ ਆਪ ਨੂੰ ਪੰਜਾਬ ਦੀ ਧਰਤੀ ਤੇ ਬੋਲੀ ਨਾਲ ਡੂੰਘਾ ਪਿਆਰ ਹੈ ਜਿਸ ਦਾ ਪਤਾ ਆਪਦੀਆਂ ਕਵਿਤਾਵਾਂ ਤੋਂ ਲੱਗਦਾ ਹੈ ਆਪ ਇੱਕ ਅਜਿਹੇ ਕਵੀ ਹੋ ਜਿਨ੍ਹਾਂ ਨੂੰ ਪੰਜਾਬ ਦੀ ਧਰਤੀ ਬਹੁਤ ਸੋਹਣੀ ਲੱਗਦੀ ਹੈ ਉਹ ਇੱਥੋਂ ਦੇ ਪਹਾੜਾਂ ਦਰਿਆਵਾਂ ਮੈਦਾਨਾਂ ਨੂੰ ਸਲਾਉਂਦੇ ਹਨ ਤੇ ਬੋਲੀ ਹੈ ਪੰਜਾਬੀ ਸਾਡੀ ਵਿੱਚ ਉਹਨਾਂ ਨੇ ਇਸ ਬੋਲੀ ਨੂੰ ਆਪਣੇ ਜਿੰਦ ਜਾਨ ਤੇ ਮੋਤੀਆਂ ਦੀ ਖਾਨ ਆਖਿਆ ਹੈ ਤੇ ਕਵਿਤਾ ਦੀਆਂ ਥੋੜੀਆਂ ਜਿਹੀਆਂ ਲਾਈਨਾਂ ਮੈਂ ਤੁਹਾਨੂੰ ਦੱਸਦੀਆਂ ਜਿਵੇਂ ਇਹੋ ਜਿੰਦ ਜਾਨ ਸਾਡੀ ਮੋਤੀਆਂ ਦੀ ਖਾਨ ਸਾਡੀ ਹੱਥੋਂ ਨੇ ਗਵਾਣੀ ਬੋਲੀ ਹੈ ਪੰਜਾਬੀ ਸਾਡੀ ਤੇ ਉਹ ਪੰਜਾਬੀ ਬੋਲੀ ਨੂੰ ਇਸ ਕਾਰਨ ਵੀ ਪਿਆਰ ਕਰਦੇ ਆ ਕਿਉਂਕਿ ਗੁਰੂ ਨਾਨਕ ਦੇਵ ਜੀ ਬੁੱਲੇ ਸ਼ਾ ਇਸ ਬੋਲੀ ਨੂੰ ਅਪਣਾਇਆ ਤੇ ਸਤਕਾਰਿਆ ਹੈ ਅੱਗੇ ਹੈਗਾ ਛਾਤ੍ਰਿਕ ਦੀ ਕਵਿਤਾ ਵਿੱਚ ਦੇਸ਼ ਪਿਆਰ ਦੇ ਭਾਵ ਉਹਨਾਂ ਨੂੰ ਭਾਰਤ ਦੀ ਧਰਤੀ ਇਸ ਦੇ ਪੁਰਾਣੇ ਸੱਭਿਆਚਾਰ ਅਤੇ ਸਭਿਤਾ ਉੱਪਰ ਮਾਣ ਹੈ ਕਿਉਂਕਿ ਸਭਿਤਾ ਦੁਨੀਆ ਦੀ ਸਭ ਤੋਂ ਪੁਰਾਣੀ ਸਭਿਤਾ ਹੈ ਕਿ ਆਪ ਆਪਣੀਆਂ ਕਵਿਤਾਵਾਂ ਵਿੱਚ ਭਾਰਤ ਦੀਆਂ ਵਰਕਤਾਂ ਦਾ ਗੁਣਗਾਨ ਕਰਦੇ ਹਨ ਤੇ ਉਹ ਇਸ ਧਰਤੀ ਨੂੰ 35 ਕਰੋੜ ਗਰਦਨਾਂ ਵਾਲੀ ਤੇ 70 ਕਰੋੜ ਬਾਹਾਂ ਜਿੰਨੀ ਸ਼ਕਤੀ ਰੱਖਣ ਵਾਲੀ ਮਾਤਾ ਆਖਦੇ ਹੈ ਜਿਵੇਂ ਉਹਨਾਂ ਦੀ ਕਵਿਤਾ ਦੀਆਂ ਲਾਈਨਾਂ ਦੇ ਵਿੱਚ ਲਿਖਿਆ 35 ਕਰੋੜ ਕੰਠੋਂ ਕਿਲਕਾਰਨੀ 70 ਕਰੋੜ ਬਾਹਾਂ ਬਲ ਧਾਰਨੀ हे ਭਾਰਤ ਮੇ ਪਿਆਰੀ ਮਾਤਾ ਇੰਨੇ ਗੁਣ ਰੱਖਣ ਵਾਲੀ ਭਾਰਤ ਮਾਤਾ ਨੂੰ ਕبھی ਅਬਲਾ ਤੇ ਨਿਮਾਣੀ ਮੰਨਣ ਲਈ ਤਿਆਰ ਨਹੀਂ ਉਪਾਰਤ ਮਾਤਾ ਨੂੰ ਬਹਾਦਰ ਕਾਲੀ ਮਾਤਾ ਨਾਲ ਤੁਲਨਾ ਦਿੰਦਾ ਹੈ ਤੇ ਉਹਨਾਂ ਦੇ ਅਜਿਹੇ ਮਹਾਨ ਭਾਰਤ ਨੂੰ ਲੱਖ ਲੱਖ ਸਿਰ ਦੇ ਤੇ ਪ੍ਰਣਾਮ ਕਰਦਾ ਹੈ ਤੇ ਇਸ ਤਰ੍ਹਾਂ ਧਨੀ ਰਾਮ ਚਾਤਰੀਕ ਦੀ ਕਵਿਤਾ ਦੇ ਅਧਿਐਨ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਕਵਿਤਾ ਵਿੱਚ ਦੇਸ਼ ਪਿਆਰ ਦੀ ਇੱਕ ਪਰਵਲ ਧਾਰਾ ਜਿਹੜੀ ਉਹ ਵੰਦੀ ਹੈ ਤੇ ਇਹ ਦੇਖੋ ਲਾਲਾ ਧਨੀ ਰਾਮ ਚਾਤਰੀਕ ਦੇ ਬਾਰੇ ਪੂਰੀ ਪੂਰੀ ਜਾਣਕਾਰੀ ਉਹਨਾਂ ਦਾ ਪੰਜਾਬ ਦੇ ਨਾਲ ਪਿਆਰ ਪੰਜਾਬੀ ਬੋਲੀ ਨਾਲ ਪਿਆਰ ਦੇਸ਼ ਪਿਆਰ ਇਹਨਾਂ ਸਾਰੀਆਂ ਉਹਨਾਂ ਦੀਆਂ ਕਵਿਤਾਵਾਂ ਦੀਆਂ ਵੀ ਕੁਝ ਲਾਈਨਾਂ ਮੈਂ ਤੁਹਾਨੂੰ ਇੱਥੇ ਲਿਖ ਕੇ ਵੀ ਦੱਸੀਆਂ ਤੇ ਸੁਣਾਈਆਂ ਵੀ ਆ ਜਿਨ੍ਹਾਂ ਨੂੰ ਤੁਸੀਂ ਧਿਆਨ ਨਾਲ ਸੁਣਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ